ਝਾੜੂ ਦੀਆਂ ਤਿੱਲੀਆਂ ਹਿੰਦੁਸਤਾਨ ਦੇ ਗਰੀਬ ਤੋਂ ਗਰੀਬ ਘਰ ਵਿੱਚ ਮਿਲ ਜਾਣਗੀਆਂ। ਝਾੜੂ ਦੀਆਂ ਤਿੱਲੀਆਂ ਕਾਫੀ ਮਜ਼ਬੂਤ ਹੁੰਦੀਆਂ ਨੇ ਕਿਉਂਕਿ ਉਹ ਨਾਰੀਅਲ ਦੇ ਪੱਤਿਆਂ ਦੀ ਡੰਡੀਆਂ ਤੋਂ ਬਣੀਆਂ ਹੁੰਦੀਆਂ ਨੇ। ਤੁਸੀਂ ਝਾੜੂ ਦੀ ਤਿੱਲੀਆਂ ਲਓ ਅਤੇ ਉਸ ਨੂੰ ਬਰਾਬਰ 15-15 ਸੈਂਟੀਮੀਟਰ 'ਤੇ ਤੋੜ ਲਓ। ਇਸ ਤੋਂ ਇਲਾਵਾ ਤੁਹਾਨੂੰ ਕੁਝ ਰਬਰ ਬੈਂਡ ਅਤੇ ਕੁਝ ਧਾਗਿਆਂ ਦੀ ਵੀ ਲੋੜ ਪਏਗੀ। ਹੁਣ ਤੁਸੀਂ 3 ਡੰਡੀਆਂ ਲਓ ਅਤੇ ਉਸ 'ਤੇ ਸਿਰੇ 'ਤੇ ਰਬਰ ਬੈਂਡ ਬੰਨ੍ਹ ਲਓ। 3 ਹੋਰ ਝਾੜੂ ਦੀ ਤਿੱਲੀਆਂ ਲਓ ਅਤੇ ਉਸ ਨੂੰ ਪਹਿਲਾਂ ਵਾਲੀ ਤਿੱਲੀਆਂ ਦੇ ਦੂਜੇ ਸਿਰੇ 'ਤੇ ਰਬਰ ਬੈਂਡ ਨਾਲ ਬੰਨ੍ਹ ਦਿਓ। ਤੁਸੀਂ 6 ਝਾੜੂ ਦੀਆਂ ਤਿੱਲੀਆਂ ਅਤੇ 4 ਰਬਰ ਬੈਂਡ ਦੇ ਨਾਲ ਇੱਕ 3 ਡਾਇਮੈਂਸ਼ਨਲ ਘਰ ਬਣਾ ਸਕਦੇ ਹੋ ਜੋ ਕਿ 4 ਟ੍ਰੈਂਗਲਸ ਤੋਂ ਬਣਿਆ ਹੋਇਆ ਹੈ, ਜਿਸ ਨੂੰ ਅਸੀਂ ਟੈਟਰਾਹੈਡਰਨ ਵੀ ਕਹਿੰਦੇ ਹਾਂ। ਇਹ ਢਾਂਚਾ ਬਹੁਤ ਤਗੜਾ ਹੋਏਗਾ ਕਿਉਂਕਿ ਇਹ ਟ੍ਰੈਂਗਲਸ ਤੋਂ ਬਣਿਆ ਹੋਇਆ ਹੈ। ਹੁਣ ਤੁਸੀਂ ਰਬਰ ਬੈਂਡ ਨੂੰ ਖੋਲ੍ਹ ਕੇ ਧਾਗੇ ਨਾਲ ਵੀ ਬੰਨ ਸਕਦੇ ਹੋ ਕਿਉਂਕਿ ਰਬਰ ਬੈਂਡ ਬਾਰ ਬਾਰ ਖਿੱਚਣ ਨਾਲ ਖਰਾਬ ਹੋ ਸਕਦਾ ਹੈ, ਪਰ ਧਾਗੇ ਕਾਫੀ ਲੰਬਾ ਸਮਾਂ ਚੱਲ ਸਕਦੇ ਨੇ। ਪਿੰਡਾਂ ਦੇ ਸਕੂਲਾਂ ਵਿੱਚ ਇਹ ਝਾੜੂ ਦੀਆਂ ਤਿੱਲੀਆਂ ਅਤੇ ਧਾਗੇ ਨਾਲ ਬਹੁਤ ਸਾਰੇ ਮਾਡਲ ਬਣਾਏ ਜਾ ਸਕਦੇ ਨੇ, ਜਿਸ ਤਰ੍ਹਾਂ ਇਹ ਪ੍ਰਿਜ਼ਮ 9 ਡੰਡੀਆਂ ਦੇ ਨਾਲ ਬਣਾਇਆ ਗਿਆ ਹੈ। ਤੁਸੀਂ 12 ਡੰਡੀਆਂ ਦੇ ਨਾਲ ਕਿਊਬ ਵੀ ਬਣਾ ਸਕਦੇ ਹੋ ਅਤੇ 8 ਡੰਡੀਆਂ ਦੇ ਨਾਲ ਪਿਰਾਮਿਡ ਬਣਾ ਸਕਦੇ ਹੋ। ਆਕਟਾਹੈਡਰਨ ਬਣਾਉਣ ਲਈ ਤੁਹਾਨੂੰ 12 ਤਿੱਲੀਆਂ ਦੀ ਲੋੜ ਪਏਗੀ ਕਿਉਂਕਿ ਇਹ 8 ਟ੍ਰੈਂਗਲ ਨਾਲ ਬਣਿਆ ਹੋਇਆ ਹੈ, ਇਸ ਲਈ ਬਹੁਤ ਤਗੜਾ ਹੋਏਗਾ। ਤੁਸੀਂ 13 ਤਿੱਲੀਆਂ ਦੇ ਨਾਲ ਇਹ 20 ਟ੍ਰੈਂਗਲਾਂ ਵਾਲਾ ਆਈਸੋਸਹੈਡਰਨ ਵੀ ਬਣਾ ਸਕਦੇ ਹੋ। ਇਸ ਤਰ੍ਹਾਂ ਤੁਸੀਂ ਬਹੁਤ ਸਾਰੀ ਡੰਡੀਆਂ ਅਤੇ ਧਾਗਿਆਂ ਦੇ ਨਾਲ ਅਨੇਕ ਮਾਡਲ ਬਣਾ ਸਕਦੇ ਹੋ, ਜਿਸ ਤਰ੍ਹਾਂ ਵਿਖਾਇਆ ਗਿਆ ਹੈ।